ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਗੱਲ ਕਰਨ ਲੱਗੇ ਹਾਂ ਕੈਨੇਡਾ ਤੋਂ ਜਿਹੜੀ ਨਵੀਂ ਅਪਡੇਟ ਆਈ ਹੈ ਉਹ ਹੈਗੀ ਆ ਕਿਊਬਿਕ ਬਾਰੇ। ਕਾਫੀ ਸਟੂਡੈਂਟਸ ਨੇ ਜਿਹੜੇ ਕਿਊਬਿਕ ਦੇ ਵਿੱਚ ਸਟੱਡੀ ਕਰਦੇ ਨੇ, ਜਿਨ੍ਹਾਂ ਦੇ ਪਾਰਟਨਰ ਵੀ ਉੱਥੇ ਗਏ ਹੋਏ ਨੇ, ਉਹ ਆਪਣਾ ਸਪਾਊਸ ਵੀਜ਼ਾ ਲਗਵਾਉਣਾ ਚਾਹੁੰਦੇ ਨੇ, ਤਾਂ ਜਿਹੜੀ ਕਿ ਨਵੀਂ ਅਪਡੇਟ ਹੈ 10,400 ਜਿਹੜੀ ਕਿ ਐਪਲੀਕੇਸ਼ਨ ਹੀ ਅਸੈਪਟ ਕਰੂਗੀ ਇੱਕ ਸਾਲ ਦੇ ਵਿੱਚ, ਜਿਹੜੀ ਕਿਊਬਿਕ ਪ੍ਰੋਵਿੰਸ ਹੈ ਉਹਦੇ ਵਿੱਚ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਸਪਾਊਸ ਦੇ ਨਾਲ, ਤਾਂ 10,400 ਐਪਲੀਕੇਸ਼ਨਾਂ ਹੀ ਅਸੈਪਟ ਕੀਤੀਆਂ ਜਾਣਗੀਆਂ, ਇਸ ਤੋਂ ਵੱਧ ਨਹੀਂ ਹੋਊਗੀ। ਇਹ ਕੈਪਿੰਗ ਸਿਸਟਮ ਜਿਹੜਾ ਕਿ ਉੱਥੇ ਚੱਲ ਰਿਹਾ ਕੈਨੇਡਾ 'ਚ, ਉਹਦੇ ਅਕੋਰਡਿੰਗ ਇਹ ਫੈਸਲਾ ਲਿਆ ਗਿਆ। ਉਸ ਤੋਂ ਬਾਅਦ ਜੇਕਰ ਤੁਹਾਡੇ ਬੱਚੇ ਕੈਨੇਡਾ 'ਚ ਪੜ੍ਹਦੇ ਨੇ ਅਤੇ ਤੁਸੀਂ ਉਹਨਾਂ ਨੂੰ ਮਿਲਣ ਜਾਣਾ ਚਾਹੁੰਦੇ ਹੋ, ਤਾਂ ਇੱਕ ਸਾਲ ਦੇ ਵਿੱਚ ਸਿਰਫ 600 ਵੀਜ਼ਾ ਹੀ ਇਸ਼ੂ ਕੀਤਾ ਜਾਊਗਾ, ਇਸ ਤੋਂ ਵੱਧ ਵੀਜ਼ਾ ਇਸ਼ੂ ਨਹੀਂ ਹੋਊਗਾ ਪੇਰੈਂਟਸ ਨੂੰ। ਜੇਕਰ ਇਸ ਵਾਰ ਤੁਸੀਂ 600 ਵੀਜ਼ੇ 'ਚ ਆ ਜਾਂਦੇ ਤਾਂ ਵੀਜ਼ਾ ਮਿਲ ਜੂਗਾ, ਨਹੀਂ ਨੈਕਸਟ ਈਅਰ ਫਿਰ ਤੁਸੀਂ 600 ਵੀਜ਼ੇ ਦੇ ਵਿੱਚ ਹੀ ਆਓਗੇ, ਜਲਦੀ ਤੋਂ ਜਲਦੀ ਅਪਲਾਈ ਕਰਨਾ ਪਊਗਾ। ਜੇਕਰ ਤੁਸੀਂ ਹੁਣ ਜਲਦੀ ਅਪਲਾਈ ਕਰਨਾ ਚਾਹੁੰਦੇ ਹੋ, ਤੁਹਾਡੇ ਬੱਚੇ ਕਿਊਬਿਕ ਦੇ ਵਿੱਚ ਰਹਿੰਦੇ ਨੇ, ਉੱਥੇ ਕਾਲਜ 'ਚ ਪੜ੍ਹਦੇ ਨੇ, ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਜਲਦੀ ਤੋਂ ਜਲਦੀ ਤੁਹਾਡੀ ਫਾਈਲ ਆ ਜਿਹੜੀ ਉਹ ਅੰਬੈਸੀ ਲਗਾ ਕੇ ਤੁਹਾਡਾ ਵੀਜ਼ਾ ਪ੍ਰਾਪਤ ਕਰਕੇ ਦੇਵਾਂਗੇ। ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਲੈਣੀ ਹੁੰਦੀ ਹੈ ਸਾਨੂੰ ਕਾਲ ਕਰ ਸਕਦੇ ਹੋ। ਥੈਂਕ ਯੂ।